पंजाब च लगातार गुंडागर्दी दीआं घटनावां सामने आ रहीआं ने। बदमाशां दे हौसले ने बुलंद हो चुके ने कि उन्हां नूं पुलिस दा जरा भी खौफ ना रहा। अजिहा इक मामला फिरोजपुर दे कस्बा ममदोर तो सामने आया जिथे गुंडागर्दी दा नंगा नाच होया। 5-6 बदमाश मूंह बन के आए ते किसे दे घर ते इट्टां पत्थरां नाल हमला कीता गया। घटना दी इक सीसीटीवी फुटेज भी निकल के सामने आई है। सीसीटीवी दे विच साफ देखिआ जा सकदा है किस तरह बदमाशां दे मूंह बन्ने होए ने ते घर ते इट्टां चला रहे ने। उधर पीड़ित परिवार दा कहना है कि वह बाहर विहड़े दे विच सुते होए सन जदों इट्टां चलणियां शुरू होईआं ਤਾਂ ਉਹਨਾਂ ਨੇ ਭੱਜ ਕੇ ਅੰਦਰ ਵੜ ਕੇ ਆਪਣੀ ਜਾਨ ਬਚਾਈ ਹੈ। ਪੀੜਤ ਪਰਿਵਾਰ ਦੇ ਮੈਂਬਰ ਨੇ ਦੱਸਿਆ ਕਿ ਉਸਦੀ ਪਤਨੀ ਨੂੰ ਕੁਝ ਲੋਕਾਂ ਨੇ ਭੱਦੀ ਸ਼ਬਦਾਵਲੀ ਬੋਲੀ ਸੀ ਜਿਸ ਕਰਕੇ ਉਹਨਾਂ ਦੇ ਨਾਲ ਰੰਜਿਸ਼ ਚੱਲ ਰਹੀ ਸੀ। ਇਸੇ ਕਰਕੇ ਉਹਨਾਂ ਦੇ ਵੱਲੋਂ ਹਥਿਆਰਾਂ ਤੇ ਪੱਥਰਾਂ ਦੇ ਨਾਲ ਉਹਨਾਂ ਦੇ ਘਰ ਤੇ ਹਮਲਾ ਕੀਤਾ ਗਿਆ। ਕੀ ਨਾਮ ਜੀ ਤੁਹਾਡਾ? ਭਾਈ ਮੇਰਾ ਨਾਮ ਸੰਦੀਪ ਹੈਗਾ ਜੀ। ਮੈਂ ਮਦੋੜ ਦਾ ਰਹਿਣ ਵਾਲਾ ਤੇ ਰਾਤੀ ਕੋ 11 ਵਜੇ ਦਾ ਟਾਈਮ ਹੈਗਾ ਸੀ ਤੇ ਰਾਤੀ ਆਏ ਮੁੰਡੇ, ਵਾਵਾ ਮੁੰਡੇ ਸੀਗੇ ਤੇ ਆ ਕੇ ਉਹਨਾਂ ਨੇ ਤੋੜ ਭੰਨ ਕਰਨੀ ਸ਼ੁਰੂ ਕਰਤੀ ਮੋਟਰਸਾਈਕਲਾਂ ਦੀ ਤੇ ਮੈਂ ਆਇਆ ਰੂਮ ਵਿੱਚੋਂ। ਮੈਂ ਪੁੱਛਿਆ ਉਹਨਾਂ ਨੂੰ ਕੌਣ ਜੇ, ਕਹਿੰਦੇ ਨਾ ਤੁਹਾਡੀ ਲੜਾਈ ਹੋਈ। ਕੀ ਹੱਥ ਹਥਿਆਰ ਸੀ ਉਹਨਾਂ ਕੋਲ? ਕੀ ਕੁਛ? ਇਹ ਕੁਛ ਕੋਲ ਕਾਪੇ ਕਿਰਪਾਨਾਂ ਸੀਗੇ, ਠੀਕ ਹੈ। 2 ਵੈਪਨ ਹੈਗੇ ਸੀ, ਇੱਕ ਦੀ ਟੰਗਿਆ ਹੋਇਆ ਸੀ, ਇੱਕ ਨੇ ਜਦੋਂ ਮੈਂ ਦਰਵਾਜ਼ਾ ਖੋਲਿਆ ਮੈਨੂੰ ਸਿੱਧਾ ਕਰਤਾ, ਠੀਕ ਹੈ। ਇੱਕ ਨੇ ਕਾਪਾ ਮਾਰਿਆ, ਮੈਂ ਅੱਗੇ ਦਰਵਾਜ਼ਾ ਕਰਤਾ, ਦਰਵਾਜ਼ੇ ਦੇ ਵਿੱਚ ਖੁੱਭ ਗਿਆ, ਠੀਕ ਹੈ। ਮੈਂ ਦਰਵਾਜ਼ੇ ਦੇ ਐਂ ਜ਼ੋਰ ਲਾ ਕੇ ਦਰਵਾਜ਼ਾ ਕਰੀ ਰੱਖਿਆ ਤੇ ਧੱਕੇ ਧੁੱਕੇ ਮਾਰਦੇ ਰਹੇ ਆ ਤੇ ਕਾਪੇ ਕੁੱਪੇ ਵਾਹਵਾ ਮਾਰੇ, ਫਿਰ ਇੱਟਾਂ ਮਾਰਨੀਆਂ ਸ਼ੁਰੂ ਕਰਤੀਆਂ ਉੱਤੋਂ ਦੀ। ਹਾਂ, ਤੇ ਮੇਰੇ ਤਾਂ ਠੋਕ ਦੇਣਾ ਸੀਗਾ ਤੇ ਮੈਂ ਜੇ ਦਰਵਾਜ਼ਾ ਨਾ ਲਾਉਂਦਾ। ਕਿੰਨੀ ਕੁ ਗੁੰਡਾਗਰਦੀ ਜਿਹੜੀ ਵੱਧ ਚੁੱਕੀ ਹੈ? ਬਹੁਤ ਜ਼ਿਆਦੀ ਭਾਜੀ, ਬਹੁਤ ਜ਼ਿਆਦੀ। ਫਿਰੋਜ਼ਪੁਰ ਦੇ ਵਿੱਚ ਤਾਂ ਬਾਹਲੀ ਜ਼ਿਆਦੀ ਸੁਣਵਾ। ਪੁਲਿਸ ਨੂੰ ਕੁਝ ਸਮਝਦੇ ਹੀ ਨਹੀਂ ਹੈਗੇ। ਪੁਲਿਸ ਤਾਂ ਆ ਉੱਤੋਂ ਪਤਾ ਕੇ ਸਾਨੂੰ ਪੁਲਿਸ ਕੀ ਕਹਿੰਦੀ, ਕਹਿੰਦੀ ਤੁਸੀਂ ਮਰੇ ਸੀ ਅੱਗੋਂ, ਤੁਸੀਂ ਵੀ ਮਾਰ ਲੈਂਦੇ। ਲੈ ਦੱਸ ਕੀ ਕੋਈ ਪੁਰਾਣੀ ਰੰਜਸ ਸੀ ਉਹਨਾਂ ਦਾ? ਨਹੀਂ, ਕੋਈ ਪੁਰਾਣੀ ਰੰਜਸ ਨਹੀਂ। ਉਹ ਤਾਂ ਕੋਈ 20 ਦਿਨ ਹੋ ਗਏ ਕਰੀਬ ਝਗੜਾ ਹੋਇਆ ਸੀ। ਉਹ ਵੀ ਕੰਮ ਤੇ ਚੱਲੇ ਸੀ, ਉੱਤੋਂ ਗਾਲਾਂ ਕੱਢਣ ਲੱਗ ਪਿਆ, ਕਹਿੰਦਾ ਇੱਥੇ ਖੜੇ ਹੁਣ, ਮੋੜ ਤੇ ਖੜੇ ਆ, ਕੰਮ ਤੇ ਜਾਣਾ, ਮੋੜ ਤੇ ਇਕੱਠੇ ਹੋਣਾ ਵੀ ਕੰਮ ਧੰਦੇ ਜਾਣਾ, ਇੱਥੋਂ ਗਾਲਾਂ ਕੱਢਣ ਲੱਗ ਪਿਆ। ਐਂ ਜੇ ਉਹ ਕੁੜੀ ਆ ਵਿਆਹ ਕੇ ਇੱਥੇ ਖੜ ਜਾਂਦੇ ਨੇ, ਹੈਂ, ਤੇ ਇੱਟਾਂ ਮਾਰਨ ਲੱਗ ਪਿਆ। ਕੋਠੇ ਦੇ ਉੱਤੇ ਇੱਟਾਂ ਵੀ ਜੋੜੀਆਂ ਹੋਈਆਂ ਉਹਨੇ ਸਪੈਸ਼ਲ ਲੜਾਈ ਵਾਸਤੇ। ਉਹ ਉੱਥੇ ਚੜ ਜਾਂਦਾ ਜਦੋਂ ਵੀ ਲੜਾਈ ਹੁੰਦੀ ਛੱਤ ਦੇ ਉੱਤੇ। ਤੀਜੀ ਚੌਥੀ ਵਾਰ ਹੋ ਗਿਆ, ਬਾਕੀ ਹੁਣ ਤਾਂ ਉਹਨੇ ਜ਼ਿਆਦਾ ਹੱਦ ਕਰਵਾ ਦਈ ਹੈ। ਹੁਣ ਬਾਹਰ ਦੇ ਬੰਦੇ ਆਏ ਸਾਰੇ? ਬਾਹਰ ਦੇ ਬੰਦੇ ਸੀ ਸਾਰੇ। ਇੱਕ ਬੰਦਾ ਪਛਾਣਿਆ ਗਿਆ ਵਿੱਚੋਂ, ਤੇ ਕੜਮਿਆਂ ਦਾ ਹੈਗਾ, ਕੜਮਾ ਪਿੰਡ ਹੈਗਾ ਉੱਥੋਂ ਦਾ ਹੈਗਾ ਇੱਕ ਬੰਦਾ, ਇੱਕ ਬੰਦਾ ਪਛਾਣਿਆ ਗਿਆ। ਉਹਦੇ ਤੋਂ ਪੁੱਛ ਕਰਾਂਗੇ ਵੀ ਕੌਣ ਸੀ ਕੌਣ ਨਹੀਂ ਹੈਗਾ ਸੀ। ਹਾਂਜੀ, ਸਭ ਕੁਛ ਹੋ ਸਕਦਾ, ਸਭ ਅਸੀਂ ਜਾਂਦੇ ਹਾਂ, ਨਾਲ ਜਾਂਦੇ ਹਾਂ ਵੀ ਕਿਹੜਾ ਬੰਦਾ ਘਰੇ ਲੈ ਕੇ ਜਾਂਦੇ, ਸਾਡੇ ਨਾਲ ਤੁਰਦੇ ਨਹੀਂ ਪੈਸੇ ਤਾਂ ਰਾਤੀ ਵੀ ਕਹਿੰਦੇ ਨੇ ਸਾਡੇ ਨਾਲ ਤੁਰੋ। ਤੋੜ ਭੰਨ ਕੀਤੀ ਗਈ ਬਾਲੀ ਜਿਆਦੀ ਭਾਜੀ, ਇੱਟਾਂ ਰੋੜੇ ਮਾਰੇ, ਮੈਂ ਤਾਂ ਤੇ ਪਰਿਵਾਰ ਨੂੰ ਮਸਾਂ ਬਚਾਇਆ। ਹਾਂਜੀ, ਕੋਈ ਜ਼ਖਮੀ ਵੀ ਹੋਏ? ਹਾਂਜੀ, ਮੇਰੇ ਲੱਗੀ ਆ, ਕਾਪਾ ਵੱਜਾ ਹੈਗਾ ਮਾੜਾ ਜਿਹਾ ਇੱਥੇ, ਮੈਂ ਦਰਵਾਜ਼ਾ ਲਾਉਣ ਲੱਗਾ ਸੀਗਾ ਤੇ ਮੇਰੇ, ਹਾਂ, ਮੇਰੇ ਛੋਟੇ ਭਰਾ ਦੇ ਲੱਗੀ ਹੈਗੀ ਲੜੀ ਜੀ, ਤੇ ਕਾ ਮੁੰਡੇ ਦੇ ਲੱਗੀ ਹੈਗੀ। ਕਾਰਵਾਈ ਤਾਂ ਕਰਨੀ ਚਾਹੀਦੀ ਹੁਣ, ਇਹਨਾਂ ਰਾਤ ਨੂੰ ਸੁੱਤੇ ਪਏ, ਜੇ ਦਰਵਾਜ਼ੇ ਹੀ ਖੁੱਲੇ ਹੁੰਦੇ ਤਾਂ ਆ ਕੇ ਤਾਂ ਇਹਨਾਂ ਨੇ ਤਾਂ ਕੁਛ ਨਾ ਕੁਛ ਕਰ ਹੀ ਦੇਣਾ ਸੀ। ਤੁਹਾਡੇ ਕੋਲ ਕੋਈ ਵੀਡੀਓ ਬਣ ਗਈ? ਵੀਡੀਓ ਕਲਿੱਪ ਹੈਗੀ ਹੈ ਜੀ, ਉਹਦਾ ਮੇਰੀ ਸਿਸਟਰ ਨੇ ਮਤਲਬ ਕਿ ਬਣਾ ਲਈ ਕਲਿੱਪ, ਨਹੀਂ ਤਾਂ ਸਾਨੂੰ ਪਤਾ ਹੀ ਨਹੀਂ ਲੱਗਣਾ ਸੀ ਬੰਦੇ ਕੌਣ ਹੈਗੇ ਕੌਣ ਨਹੀਂ। ਹੁਣ ਸਖਤ ਕਾਰਵਾਈ ਦੀ ਮੰਗ ਕਰਦੇ ਹੋ? ਹਾਂ, ਇਹੀ ਮੰਗ ਹੈ ਸਾਡੀ ਬਸ। ਖਤਰਾ ਉਧਰ ਇਸ ਪੂਰੇ ਮਾਮਲੇ ਸੰਬੰਧੀ ਮੀਡੀਆ ਦੇ ਵੱਲੋਂ ਪੁਲਿਸ ਦੇ ਨਾਲ ਗੱਲ ਕਰਨੀ ਚਾਹੀ ਤਾਂ ਪੁਲਿਸ ਨੇ ਆਫ ਕੈਮਰਾ ਆਖਿਆ ਕਿ ਉਹਨਾਂ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ, ਪਰ ਪੁਲਿਸ ਦੇ ਵੱਲੋਂ ਕੈਮਰੇ ਸਾਹਮਣੇ ਕੋਈ ਬਿਆਨ ਨਹੀਂ ਦਿੱਤਾ ਗਿਆ। ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ।